ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲੈਟਸ 7 ਤੇ ਲੈ ਕੇ ਹਾਜ਼ਰ ਹਾਂ ਇੱਕ ਹੋਰ ਵੀਡੀਓ। ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕੈਨੇਡਾ ਨੂੰ ਜਾਣ ਵਾਲੇ ਬਹੁਤ ਬੁਰੀ ਖਬਰ ਆਈ ਹੈ ਅਤੇ ਉਹਨਾਂ ਨੂੰ ਜੋ ਵਾਪਸ ਮੁੜਨਾ ਪਿਆ ਹੈ ਦਿੱਲੀ ਏਅਰਪੋਰਟ ਤੋਂ। ਤਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦੇਵਾਂਗੇ, ਤਾਂ ਲਾਸਟ ਤੱਕ ਜ਼ਰੂਰ ਦੇਖਣਾ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈੱਲ ਆਈਕਨ ਨਾਲ ਜ਼ਰੂਰ ਦਬਾ ਲੈਣਾ, ਕਿਉਂਕਿ ਜੋ ਵੀ ਕੈਨੇਡਾ ਤੋਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਚਲੋ ਬਿਨਾਂ ਤੁਹਾਡਾ ਸਮਾਂ ਬਰਬਾਦ ਕੀਤੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਜਿਵੇਂ ਕਿ ਤੁਸੀਂ ਖਬਰ ਦੇਖੀ ਹੋਵੇਗੀ, ਦਿੱਲੀ ਏਅਰਪੋਰਟ 'ਤੇ ਟਰਮੀਨਲ 1 ਹੈ ਜੋ ਉੱਥੇ ਛੱਤ ਡਿੱਗ ਪਈ ਹੈ। ਉੱਥੇ ਇੱਕ ਜਣੇ ਦੀ ਮੌਤ ਵੀ ਚਲੀ ਗਈ ਹੈ ਅਤੇ ਮੌਤ ਵੀ ਹੋ ਗਈ ਹੈ। ਅਤੇ ਤੁਸੀਂ ਤੁਹਾਨੂੰ ਇਹ ਵੀ ਜਾਣਕਾਰੀ ਮਿਲੀ ਗਈ ਹੋਵੇ ਕਿ ਜੋ 28 ਫਲਾਈਟਾਂ ਨੇ ਉਹ ਕੈਨੇਡਾ ਨੂੰ ਜਾਂ ਹੋਰ ਕੰਟਰੀ ਨੂੰ ਜਾਣ ਵਾਲੀਆਂ ਉਹ ਰੱਦ ਹੋ ਚੁੱਕੀਆਂ ਨੇ। ਤੁਸੀਂ ਅੰਦਾਜ਼ਾ ਲਗਾ ਲਓ ਕਿ ਜੋ ਇੱਕ ਫਲਾਈਟ ਵਿੱਚ ਲਗਭਗ ਜੋ 400 ਦੇ ਕਰੀਬ ਲੋਕ ਬਹਿੰਦੇ ਨੇ ਅਤੇ 28 ਫਲਾਈਟਾਂ 'ਚ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਜ਼ਿਆਦਾ ਲੋਕ ਸੀ ਜਿਨ੍ਹਾਂ ਨੂੰ ਘਰਾਂ ਨੂੰ ਵਾਪਸ ਮੁੜਨਾ ਪਿਆ ਹੈ। ਇਹਦੇ ਵਿੱਚ ਜ਼ਿਆਦਾਤਰ ਪੰਜਾਬੀ ਸੀ ਜੋ ਕਿ ਸਿਰਫ ਕੈਨੇਡਾ ਨੂੰ ਜਾਣ ਵਾਲੇ ਨਹੀਂ, ਹੋਰ ਵੀ ਕੰਟਰੀਆਂ, ਦੁਬਈ ਹੋ ਗਿਆ, ਕੁਵੈਤ ਹੋ ਗਿਆ ਅਤੇ ਹੋਰ ਵੀ ਕੰਟਰੀਆਂ ਸੀ ਜਿਨ੍ਹਾਂ ਨੂੰ ਜਾਣ ਵਾਲਿਆਂ ਨੂੰ ਆਪਣੇ ਜੋ ਵਾਪਸ ਮੁੜਨਾ ਪੈ ਰਿਹਾ ਹੈ। ਇਹਨਾਂ ਵਿੱਚ ਸਟੂਡੈਂਟ ਵੀ ਸੀਗੇ, ਵਿਜ਼ਟਰ ਵੀ ਸੀਗੇ, ਟੂਰਿਸਟ ਵੀ ਸੀਗੇ ਅਤੇ ਇਹਨਾਂ ਸਾਰਿਆਂ ਨੂੰ ਜੋ ਹੈ ਵਾਪਸ ਆਪਣੇ ਘਰਾਂ ਨੂੰ ਪਰਤਣਾ ਪੈ ਰਿਹਾ। ਕਈਆਂ ਨੂੰ ਤਾਂ ਉਹਨਾਂ ਦੀਆਂ ਏਅਰਲਾਈਨਸ ਨੇ ਦੂਜੀਆਂ ਏਅਰਲਾਈਨਸ ਵਿੱਚ ਸ਼ਿਫਟ ਵੀ ਨਹੀਂ ਕਰਿਆ ਅਤੇ ਲੋਕਾਂ ਨੂੰ 40-40, 45-45 ਘੰਟੇ ਵੀ ਏਅਰਪੋਰਟ 'ਤੇ ਵੇਟ ਕਰਨਾ ਪਿਆ ਹੈ। ਤਾਂ ਇਹ ਬਹੁਤ ਹੀ ਬੁਰੀ ਖਬਰ ਹੈ, ਜਿਨ੍ਹਾਂ ਨੇ ਕੈਨੇਡਾ ਜਾਣਾ ਸੀ ਉਹਨਾਂ ਨੂੰ ਘਰ ਵਾਪਸ ਪਰਤਣਾ ਪਿਆ। ਇਸ ਜੋ ਕਹਿ ਸਕਦੇ ਹਾਂ ਕਿ ਕੁਦਰਤੀ ਆਫਤ ਕਰਕੇ ਕੁਝ ਕੁ ਜੋ ਗਲਤੀਆਂ ਵੀ ਹੋ ਸਕਦੀਆਂ ਸਰਕਾਰ ਦੀਆਂ, ਪਰ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਸਭ ਆਪਣੀ ਜਗ੍ਹਾ ਨੇ। ਅਤੇ ਇਹ ਚੀਜ਼ਾਂ 'ਤੇ ਗੌਰ ਕਰਨਾ ਜ਼ਰੂਰ ਬਣਦਾ, ਸਰਕਾਰ ਨੂੰ ਇਹਨਾਂ ਬਾਰੇ ਕੁਝ ਕਰਨਾ ਚਾਹੀਦਾ ਹੈ। ਅਤੇ ਇਹ ਸੀ ਉਹ ਬੁਰੀ ਖਬਰ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਸੀਗੀ। ਤਾਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ, ਉਹਨਾਂ ਲੋਕਾਂ ਦੀ ਅਰਦਾਸ ਕਰਨਾ ਕਿ ਜਲਦੀ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ, ਰੱਬ ਰਾਖਾ।